ਭਰਾ ਨੇ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਭਰਾ। ਮਾਂ ਦੇ ਵੀ ਮਾਰੀਆਂ ਗੋਲੀਆਂ। ਮਾਂ ਤੇ ਭਰਾ ਨੂੰ ਗੋਲੀਆਂ ਮਾਰਨ ਤੋਂ ਬਾਅਦ ਖੁਦ ਨੂੰ ਵੀ ਮਾਰੀ ਗੋਲੀ। ਦੋਵਾਂ ਭਰਾਵਾਂ ਦੀ ਹੋਈ ਮੌਤ। ਮਾਂ ਹਸਪਤਾਲ 'ਚ ਜ਼ੇਰੇ ਇਲਾਜ। ਅਮਰੀਕਾ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਜਿੱਥੇ ਪੰਜਾਬੀ ਪਰਿਵਾਰ 40 ਸਾਲਾਂ ਤੋਂ ਰਹਿ ਰਿਹਾ ਸੀ ਤੇ ਇੱਥੇ ਘਰੇਲੂ ਵਿਵਾਦ ਦੇ ਕਾਰਨ ਵੱਡੇ ਭਰਾ ਨੇ ਛੋਟੇ ਭਰਾ ਦੇ ਗੋਲੀਆਂ ਮਾਰ ਦਿੱਤੀਆਂ। ਦੱਸਿਆ ਇਹ ਜਾ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਕਪੂਰਥਲਾ ਦੇ ਪਿੰਡ ਨਾਰੰਗਪੁਰ ਦਾ ਪਰਿਵਾਰ ਕਰੀਬ 40 ਸਾਲ ਪਹਿਲਾਂ ਚਲੇ ਗਿਆ ਸੀ ਤੇ ਜਿੱਥੇ ਭੁਪਿੰਦਰ ਸਿੰਘ ਆਪਣੇ ਦੋਵੇਂ ਲੜਕੀਆਂ ਦੇ ਨਾਲ ਰਹਿੰਦਾ ਸੀ, ਜਿਸ ਦੇ ਵਿੱਚ ਕਰਮਜੀਤ ਸਿੰਘ ਮੁਲਤਾਨੀ ਤੇ ਵਿਪਨਪਾਲ ਸਿੰਘ ਮੁਲਤਾਨੀ ਸ਼ਾਮਲ ਹੈ। ਤਾਂ ਪਰਿਵਾਰ ਦੇ ਮੁਤਾਬਕ ਜਦੋਂ ਭੁਪਿੰਦਰ ਸਿੰਘ ਦਾ ਵੱਡਾ ਲੜਕਾ ਕਰਮਜੀਤ ਮੁਲਤਾਨੀ ਘਰ ਆਇਆ ਤਾਂ ਉਸਨੇ ਕਮਰੇ ਦੇ ਵਿੱਚ ਸੋ ਰਹੇ 26 ਸਾਲ ਦੇ ਛੋਟੇ ਭਰਾ ਵਿਪਨ ਮੁਲਤਾਨੀ ਤੇ ਗੋਲੀਆਂ ਚਲਾ ਦਿੱਤੀਆਂ। ਆਵਾਜ਼ ਸੁਣ ਕੇ ਮਾਤਾ ਪਿਤਾ ਉੱਥੇ ਪਹੁੰਚਦੇ ਨੇ ਤਾਂ ਮਾਂ ਦੇ ਵੀ ਗੋਲੀ ਮਾਰ ਦਿੰਦਾ ਹੈ। ਇਸ ਉਪਰੰਤ ਹਮਲਾਵਰ ਕਰਮਜੀਤ ਮੁਲਤਾਨੀ ਘਰੋਂ ਫਰਾਰ ਹੋ ਜਾਂਦਾ ਹੈ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਤਾਂ ਜਦੋਂ ਪੁਲਿਸ ਦੇਖਦੀ ਹੈ ਤਾਂ ਉਸ ਦੀ ਵੀ ਡੈੱਡ ਬੋਡੀ ਮਿਲਦੀ ਹੈ ਕਿਉਂਕਿ ਉਸਨੇ ਵੀ ਖੁਦ ਨੂੰ ਗੋਲੀ ਮਾਰ ਲਈ ਸੀ। ਤੇ ਇੱਧਰ ਪਿੰਡ ਦੇ ਵਿੱਚ ਰਹਿ ਰਹੀ ਬਜ਼ੁਰਗ ਦਾਦੀ ਦੀ ਹਾਲਤ ਦੇਖੀ ਨਹੀਂ ਜਾ ਰਹੀ, ਜਿਸ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਕਰੀਬ 40 ਸਾਲ ਪਹਿਲਾਂ ਇਹ ਪਰਿਵਾਰ ਅਮਰੀਕਾ 'ਚ ਵੱਸ ਗਿਆ ਸੀ। ਉੱਥੇ ਬਿਲਕੁਲ ਠੀਕ ਠਾਕ ਰਹਿ ਰਹੇ ਸੀ ਪਰ ਕਿਸੇ ਕਾਰਨ ਆਪਸ ਦੇ ਵਿੱਚ ਝਗੜਾ ਹੁੰਦਾ ਹੈ। ਵੱਡਾ ਭਰਾ ਛੋਟੇ ਭਰਾ ਦੇ ਗੋਲੀਆਂ ਮਾਰ ਦਿੰਦਾ ਹੈ, ਮਾਂ ਦੇ ਵੀ ਗੋਲੀ ਲੱਗਦੀ ਹੈ, ਜਿਸ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲੈਂਦਾ। ਤਾਂ ਹੁਣ ਇਸ ਵਾਰਦਾਤ ਦੇ ਵਿੱਚ ਦੋਵਾਂ ਭਰਾਵਾਂ ਦੀ ਤਾਂ ਮੌਤ ਹੋ ਗਈ ਹੈ ਪਰ ਮਾਂ ਜ਼ੇਰੇ ਇਲਾਜ ਹੈ। ਤੇ ਇੱਧਰ ਪਿੰਡ ਦੇ ਵਿੱਚ ਜਿਹੜਾ ਕਪੂਰਥਲਾ ਦੇ ਪਿੰਡ ਨਾਰੰਗਵਾਲ ਦੇ ਵਿੱਚ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਨਿਊਯਾਰਕ ਵਿੱਚ ਮੇਰੇ ਤਾਇਆ ਜੀ ਜਿਹੜੀ ਅੱਜ ਨਾਰੰਗਪੁਰ ਨੂੰ ਲੈ ਕੇ ਇੱਕ ਘਟਨਾ ਵਾਪਰੀ ਹੈ ਅਮਰੀਕਾ ਵਿੱਚ, ਕੀ ਮਾਮਲਾ ਸੀ? ਇਹ ਮੇਰੇ ਤਾਇਆ ਜੀ ਦਾ ਬੇਟਾ ਸੀ ਸਰਦਾਰ ਭੁਪਿੰਦਰ ਸਿੰਘ, ਪਿਛਲੇ ਤਕਰੀਬਨ 40 ਸਾਲ ਤੋਂ ਅਮਰੀਕਾ ਰਹਿ ਰਹੇ ਨੇ ਪਰਿਵਾਰ ਸਮੇਤ। ਉਹਨਾਂ ਦੇ ਦੋ ਲੜਕੇ ਸੀ, ਵੱਡਾ ਕਰਮਜੀਤ ਅਤੇ ਛੋਟਾ ਸੀ ਵਿਪਨ ਮੁੰਡਾ। ਜਿਹੜਾ ਕਰਮਜੀਤ ਸੀ ਉਹ ਵਿਆਹਿਆ ਹੋਇਆ ਸੀ, ਉਹਦੇ 3 ਬੱਚੇ ਸੀ। ਅੱਗੋਂ ਘਰ ਵਿੱਚ ਪਤਾ ਨਹੀਂ ਕੀ ਗੱਲ, ਕੋਈ ਛੋਟੀ ਮੋਟੀ ਹੋਈ, ਕੀ ਗੱਲ ਹੋਈ ਇਸ ਬਾਰੇ ਤਾਂ ਨਹੀਂ ਬਹੁਤਾ ਪਤਾ ਜੇ ਲੱਗਾ। ਅਤੇ ਇਹ ਸ਼ਨੀਵਾਰ ਦੀ ਰਾਤ ਨੂੰ ਇਹ ਇੱਕ ਦਰਦਨਾਕ ਘਟਨਾ ਵਾਪਰੀ, ਜਿਹੜੀ ਕਰਮਜੀਤ ਜਿਹੜਾ ਭੁਪਿੰਦਰ ਸਿੰਘ ਦਾ ਵੱਡਾ ਬੇਟਾ ਉਹ ਬਾਹਰੋਂ ਆਇਆ, ਆਣ ਕੇ ਛੋਟੇ ਭਰਾ ਜਿਹੜਾ ਸੀ ਉਹਦਾ ਵਿਪਨ, ਉਹ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੰਨੀ ਦੇਰ ਨੂੰ। ਹੁਣ ਤਾਂ ਡੈਡੀ ਭੁਪਿੰਦਰ ਸਿੰਘ ਵੀ ਉੱਠ ਪਿਆ, ਮਦਰ ਵੀ ਉੱਠ ਪਈ, ਕਿਸੇ ਤਰੀਕੇ ਉਹਨੂੰ ਫੜ ਫੁੜ ਕੇ ਉਹਨੂੰ ਬਾਹਰ ਕੱਢਿਆ। ਬਾਹਰ ਜਾ ਕੇ ਇੰਨੀ ਦੇਰ ਨੂੰ ਫਿਰ ਉੱਥੇ ਪੁਲਿਸ ਵੀ ਆ ਗਈ, ਐਂਬੂਲੈਂਸ ਆ ਗਈ। ਪੁਲਿਸ ਨੂੰ ਵੇਖ ਕੇ ਉਹ ਦੌੜਿਆ ਅਤੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਉਹਨੇ। ਦੋਨਾਂ ਦੀ ਮੌਤ ਹੋ ਗਈ। ਮਾਤਾ ਜੀ ਨੂੰ ਵੀ ਉਹਨਾਂ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ, ਪਰ ਉਹ ਟੱਚ ਕਰਕੇ ਪੇਟ ਤੋਂ ਅਤੇ ਗੋਲੀ ਸਾਈਡ ਨੂੰ ਲੰਘ ਗਈ। ਠੀਕ ਨੇ, ਠੀਕ ਨੇ, ਉਹ ਹੋਸਪਿਟਲ ਸੀ ਪਰ ਠੀਕ ਨੇ, ਹੁਣ ਉਹ ਘਰ ਆ ਗਏ ਨੇ ਹੋਸਪਿਟਲ ਤੋਂ। ਜਿਹੜੀ ਇਹ ਘਟਨਾ ਵਾਪਰੀ, ਇਹਦਾ ਕਾਰਨ ਕੀ ਹੋ ਸਕਦਾ ਜੀ? ਇਹਦਾ ਕਾਰਨ ਘਰ ਦੀ ਕੋਈ ਗੱਲਬਾਤ ਹੋ ਸਕਦੀ, ਕੋਈ ਹੋਰ ਕੁਛ ਨਹੀਂ ਕਹਿ ਸਕਦੇ ਇਹਦੇ ਬਾਰੇ। ਕਿੰਨੇ ਸਮੇਂ ਤੋਂ ਬਾਹਰ ਰਹਿ ਰਹੇ, ਕਿੰਨੇ ਕਿੰਨੇ ਬੱਚੇ ਸੀ? ਭੁਪਿੰਦਰ ਸਿੰਘ ਪਿਛਲੇ 40-42 ਸਾਲ ਤੋਂ ਰਹਿ ਰਿਹਾ ਉੱਥੇ ਪਿੱਛੇ ਜੀ।
ਬਾਅਦ 'ਚ ਆਪਣੇ ਇੱਥੇ ਆ ਕੇ ਇੰਡੀਆ ਆ ਕੇ ਮੈਰਿਜ ਕਰਕੇ ਵਾਈਫ ਲੈ ਗਿਆ, ਬੱਚੇ ਵੀ ਉੱਥੇ, ਫਿਰ ਅਤੇ ਬੱਚਿਆਂ ਸਮੇਤ ਰਹਿ ਰਹੇ ਸੀ। ਇਹਦੇ ਦੋਨੋਂ ਨੌਜਵਾਨਾਂ ਦੀ ਮੌਤ ਹੋਈ, ਇਹਨਾਂ ਕੋਲ ਮੈਰਿਡ ਕੌਣ ਸੀ, ਅਨਮੈਰਿਡ ਕੌਣ ਸੀ, ਬੱਚੇ ਕਿੰਨੇ ਸੀ? ਵੱਡਾ ਜਿਹਨੇ ਕਰਮਜੀਤ ਨੇ ਜਿਹਨੇ ਗੋਲੀਆਂ ਚਲਾਈਆਂ ਉਹ ਮੈਰਿਡ ਸੀ, ਉਹਦੇ ਉਹਦੇ ਅੱਗੋਂ ਤਿੰਨ ਬੱਚੇ ਸੀ, ਦੋ ਬੱਚੇ ਛੋਟੇ ਛੋਟੇ ਲੜਕੇ ਸੀ, ਇੱਕ ਲੜਕੀ, ਤਿੰਨ ਬੱਚੇ ਨੇ। ਇੱਥੇ ਇੰਡੀਆ ਘਰ ਦੇ ਵਿੱਚ ਕੌਣ ਰਹਿੰਦਾ? ਇੰਡੀਆ 'ਚ ਸਾਡੇ ਤਾਈ ਜੀ ਰਹਿੰਦੇ ਨੇ, ਜਿਹੜੇ ਉਹਨਾਂ ਦੇ ਦਾਦੀ ਹੈ ਬੱਚਿਆਂ ਦੀ, ਭੁਪਿੰਦਰ ਸਿੰਘ ਦੀ ਮਦਰ, ਉਹ ਇੱਥੇ ਰਹਿੰਦੇ ਨੇ। ਇਸ ਘਟਨਾ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਹੀ ਇੱਕ ਮੰਦਭਾਗੀ ਘਟਨਾ ਹੈ ਇਹ, ਸਾਡੇ ਸਾਰੇ ਹੀ ਪਰਿਵਾਰ ਨੂੰ ਸਦਮੇ 'ਚ, ਸਾਡਾ ਪੂਰਾ ਇਲਾਕਾ, ਪੂਰਾ ਨਗਰ ਜਿਹੜਾ ਅੱਜ ਸੋਗ ਦੇ ਵਿੱਚ ਡੁੱਬਿਆ ਪਿਆ। ਸਾਡੇ ਪਰਿਵਾਰ ਸਾਰੇ ਉੱਥੇ ਅਮਰੀਕਾ ਵਿੱਚ ਵੀ ਰਹਿ ਰਹੇ ਨੇ, ਉਹ ਵੀ ਪੂਰੇ ਸੋਗ 'ਚ ਡੁੱਬੇ ਪਏ ਨੇ। ਘਟਨਾ ਬਹੁਤ ਮੰਦਭਾਗੀ ਹੋਈ।